ਸ੍ਰੀਕਾਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਇਹ ਸ਼ੋਅ ਮੇਰੇ ਲਈ ਤਾਂ ਬਹੁਤ ਜ਼ਿਆਦਾ ਸਪੈਸ਼ਲ ਹੈ ਹੀ ਹੈ, ਬਟ ਤੁਹਾਡੇ ਲਈ ਵੀ ਬਹੁਤ ਸਪੈਸ਼ਲ ਹੈ, ਕਿਉਂਕਿ ਅੱਜ ਬਤੌਰ ਕੰਟੈਸਟੈਂਟ ਜਿਹੜੇ ਆਰਟਿਸਟ ਸਾਡੇ ਨਾਲ ਜੁੜਨ ਜਾ ਰਹੇ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਸੱਚੀ ਸੁੱਚੀ ਗਾਇਕੀ ਕੀ ਹੈ ਉਹਨੂੰ ਇੰਟਰੋਡਿਊਸ ਕੀਤਾ ਸੀ। ਮੈਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਵੈਲਕਮ ਕਰੂੰਗੀ ਸਾਡੇ ਅੱਜ ਦੇ ਕੰਟੈਸਟੈਂਟਾਂ ਦਾ। ਸੋ ਪਲੀਜ਼ ਵੈਲਕਮ ਰਵਿੰਦਰ ਗਰੇਵਾਲ ਐਂਡ ਹਰਜੀਤ ਹਰਮਨ। फिर अज सानू मसा मौका मिलिया के तुहानू आमने सामने सी फसाईए, तो फिर गेम शुरू करिए। मैं कहनी एक बारी गेम शुरू करने तो पहला एक गाना ना हो जाए। यार यारा दी किते जमाली नी मित्रां दा नां चलदा है, जत्थों मर्जी बंगा चिड़वाली नी मित्रां दा नां चलदा है। क्या बात है, क्या बात है। हुण माहौल पूरा गर्म हो चुका है गाने दे आगाज़ दे नाल। मैं कहनी हुण आपां गेम शुरू करिए, ते तुसी साडे लाल महाराज जी दे सामने जाके विराजमान हो सकदे हो। अज होण जा रहा तुहाडे दोहां विच मुकाबला, ਤੇ ਇਹ ਮੁਕਾਬਲਾ ਹੋਏਗਾ ਵੀ ਸਾਡੇ ਆਪਸ ਵਿੱਚ ਹੈ। ਬਿਲਕੁਲ ਜੀ, ਬੜਾ ਪੁੱਠਾ ਜੀ ਤਾਂ ਕਦੇ ਮੁਕਾਬਲਾ ਕੀਤਾ ਹੀ ਨਹੀਂ ਜੀ ਇੱਕ ਦੂਜੇ ਦਾ। ਮੈਂ ਪਹਿਲਾਂ ਕਿਹਾ ਵੀ ਗਲਤ ਜਗ੍ਹਾ ਤੇ ਫਸਾ ਲਿਆ ਜੀ, ਪਹਿਲਾਂ ਪਤਾ ਹੁੰਦਾ ਆਪਸ ਵਿੱਚ ਲੜਾਉਣਾ ਫੇਰ ਨਹੀਂ ਤੇ ਜੀ। ਇਹਦਾ ਜਿੱਥੇ ਬਾਈ ਕੋਈ ਖੜ ਜਾਂਦੇ ਮੈਂ ਪਰਾਂ ਹਟ ਜਾਣਾ, ਜਿੱਥੇ ਆ ਜ ਰਹੇ ਹਟ ਜਾਂਦੇ ਆ। ਅੱਜ ਫਿਰ ਤੁਹਾਡੀ ਯਾਰੀ ਦੀ ਪਰਖ ਹੈ ਇੱਥੇ, ਇਹ ਹਿਸਾਬ ਲਾ ਲਓ ਤੁਸੀਂ। ਮੈਂ ਸਭ ਤੋਂ ਪਹਿਲਾਂ ਗੇਮਸ ਦੇ ਰੂਲਸ ਨਾਲ ਤੁਹਾਨੂੰ ਰੂਬਰੂ ਕਰਵਾਦਾ ਕਿ ਇਸ ਗੇਮ ਦੇ ਕੀ ਰੂਲਸ ਨੇ। ਇਸ ਗੇਮ ਦਾ ਪਹਿਲਾ ਰੂਲ, ਆਨਸਰ ਦੇਣ ਲਈ ਬਜ਼ਰ ਦਬਣਾ ਕੰਪਲਸਰੀ ਹੈ। ਓਕੇ ਜੀ, ਠੀਕ ਹੈ ਜੀ। ਜੇ ਆਨਸਰ ਦੇਣਾ ਤੇ ਉਹਦੇ ਲਈ ਬਜ਼ਰ ਦਬਣਾ ਪੈਣਾ ਹੀ ਹੈ। रूल नंबर टू, जिहड़ा पहला बजर दबेगा पहला जवाब देने का मौका भी उन्हें दिता जाएगा। रूल नंबर थ्री, इस गेम च सिर्फ दो ही मौके दिए जाएंगे, पहला मौका जो पहला बजर दबाएगा ते दूसरा मौका जो सैकेंड से बजर दबाएगा। तो गेम का चौथा ते आखिरी रूल, मेरा सवाल खत्म होने तो पहला जे कोई बजर प्रेस करता है तो उस वेले उस सवाल चो आउट हो जाएगा ते उहदा नैक्सट मौका नाल देनू पास हो जाएगा। अच्छा, थोड़ा आंसर खत्म होने तो पहला जे प्रेस, सवाल खत्म होने तो पहला, ओके जो कोई बजर दबद है, ठीक है जी। रूल्स तुम क्लीयर हो गए, कोई डाउट तो नहीं? बिल्कुल, ओके जी। हुण मैं तुहानू शो का फॉरमेट दस दिनी हाँ। इस शो के विच तुहानू टोटल 20 सवाल पूछे जाएंगे। पहले 8 सवाल 5 पॉइंट्स से, दूसरे 8 सवाल 10 पॉइंट्स से, ते अखीरले 4 सवाल 20 पॉइंट्स से। ओके, ठीक है जी। हर सही जवाब से तुहानू इस अकॉर्डिंग ही मार्क्स मिलेंगे। गेम शुरू करिए हुण जी, तैयार हो? हाँ जी, ओके जी, बेस्ट ऑफ लक। ਉੱਠੇ ਮੁਕਾਬਲੇ ਚ ਪਾਦੇ। ਪਹਿਲਾ ਹੈ ਨੌਨ ਫਿਲਮੀ ਰਾਊਂਡ, ਇਹਦੇ ਵਿੱਚ 8 ਸਵਾਲ ਪੁੱਛੇ ਜਾਣਗੇ ਤੇ ਹਰ ਸਹੀ ਜਵਾਬ ਤੇ ਤੁਹਾਨੂੰ 5 ਪੁਆਇੰਟਸ ਮਿਲਣਗੇ। ਤੁਹਾਡਾ ਪਹਿਲਾ ਸਵਾਲ, ਪੰਜਾਬ ਦੇ ਕਿਹੜੇ ਸ਼ਹਿਰ ਦਾ ਜ਼ਿਕਰ ਗੁਰਬਾਣੀ 'ਚ ਵੀ ਕੀਤਾ ਗਿਆ? ਤੁਹਾਡੇ ਆਪਸ਼ਨਸ ਨੇ ਆਨੰਦਪੁਰ ਸਾਹਿਬ, ਗੁਰਦਾਸਪੁਰ ਜਾਂ ਅੰਮ੍ਰਿਤਸਰ। ਬਜ਼ਰ ਦੱਬ ਕੇ ਜਵਾਬ ਦੇਣਾ। ਹਾਂਜੀ, ਅੰਮ੍ਰਿਤਸਰ। ਬਿਲਕੁਲ ਸਹੀ ਜਵਾਬ, ਵੈਰੀ ਗੁੱਡ, ਲੈ ਗਏ ਪੁਆਇੰਟਸ। ਪਹਿਲਾਂ ਤਾਂ ਤੁਹਾਨੂੰ ਵੀ ਪਤਾ ਸੀ, ਤੁਸੀਂ ਪਤਾ ਸੀ ਮੈਂ ਵੇਟ ਕਰ ਲਾਗਾ, ਚਲੋ ਕੋਈ ਨਹੀਂ ਸਾਡਾ ਕੰਮ ਸਾਂਝਾ ਹੀ ਕਰੋ। ਤੁਸੀਂ ਫੁਰਤੀ ਦਿਖਾਓ ਥੋੜੀ ਬਜ਼ਰ ਦੇ ਬੱਚੇ। ਓਕੇ, ਚਲੋ ਖਾਤਾ ਖੁੱਲ ਚੁੱਕਿਆ ਤੁਹਾਡਾ, ਤੇ ਇਹ ਰਿਹਾ ਤੁਹਾਡਾ ਅਗਲਾ ਸਵਾਲ। ਪੰਜਾਬ ਦਾ ਕਿਹੜਾ ਸ਼ਹਿਰ ਰੋਜ਼ ਗਾਰਡਨ ਲਈ ਫੇਮਸ ਹੈ, ਜਿੱਥੇ ਸਭ ਤੋਂ ਵੱਧ ਪ੍ਰਕਾਰ ਦੇ ਗੁਲਾਬ ਪਾਏ ਜਾਂਦੇ ਨੇ? ਤੁਹਾਡੇ ਆਪਸ਼ਨਸ ਨੇ ਜਿਵੇਂ ਕਿ ਪਹਿਲਾਂ ਉਹਨਾਂ ਨੇ ਬਜ਼ਰ ਦੱਬਿਆ, ਪਹਿਲੀ ਦੱਬਦੇ ਚੰਡੀਗੜ੍ਹ, ਬਠਿੰਡਾ ਜਾਂ ਲੁਧਿਆਣਾ? ਚੰਡੀਗੜ੍ਹ। ਬਿਲਕੁਲ ਗਲਤ ਜਵਾਬ, ਤੁਸੀਂ ਦੱਸਣਾ ਚਾਹੋਗੇ ਸਹੀ ਜਵਾਬ? ਕਿਹੜੇ ਕਿਹੜੇ ਆਪਸ਼ਨ ਕੀ ਹੈ? ਚੰਡੀਗੜ੍ਹ, ਬਠਿੰਡਾ ਜਾਂ ਲੁਧਿਆਣਾ? ਬਠਿੰਡਾ। ਇਹ ਵੀ ਗਲਤ ਜਵਾਬ, ਸਹੀ ਜਵਾਬ ਹੈ ਲੁਧਿਆਣਾ। ਲੁਧਿਆਣਾ 'ਚ ਨਹਿਰੂ ਰੋਜ਼ ਗਾਰਡਨ ਹੈ, ਜਿੱਥੇ ਕਿ ਲੁਧਿਆਣੇ ਤੋਂ ਭਾਈ ਜੀ ਰਹਿੰਦੇ ਨੇ, ਰੋਜ਼ ਗਾਰਡਨ ਹੈਗਾ, ਬਟ ਸਭ ਤੋਂ ਵੱਧ ਗੁਲਾਬਾਂ ਦੀ ਜਿਹੜੀ ਵੈਰਾਈਟੀਜ਼ ਨੇ ਉਹ ਲੁਧਿਆਣੇ ਦੇ ਨਹਿਰੂ ਰੋਜ਼ ਗਾਰਡਨ ਦੇ ਵਿੱਚ ਹੈ। ਅੱਛਾ ਜੀ, 1600 ਮੈਨੂੰ ਵੀ ਅੱਜ ਪਤਾ ਲੱਗਿਆ ਵੀ ਨਾਲੇ ਰਹਿੰਦੇ ਨੇ, ਨਹੀਂ ਤਾਂ ਰਹਿੰਦੇ ਵੀ ਲੁਧਿਆਣੇ ਨੇ। ਚਲੋ ਨੌਲੇਜ ਵਾਲਾ, ਚਲੋ ਕੋਈ ਅੱਗੇ ਲਈ। ਬਿਲਕੁਲ, ਅੱਗੇ ਵੀ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ। 1600 ਪ੍ਰਕਾਰ ਦੀ ਗੁਲਾਬ ਪਾਏ ਜਾਂਦੇ ਨੇ ਉੱਥੇ ਨਹਿਰੂ ਰੋਜ਼ ਗਾਰਡਨ 'ਚ। ਇਹ ਰਿਹਾ ਤੁਹਾਡਾ, ਇੱਥੇ ਇਹਦੇ ਪੁਆਇੰਟਸ ਕਿਸੇ ਨੂੰ ਵੀ ਨਹੀਂ ਮਿਲੇ, ਤੇ ਆਪਾਂ ਜੰਪ ਕਰਦੇ ਹਾਂ ਅਗਲੇ ਸਵਾਲ ਵੱਲ। ਦੁਨੀਆ 'ਚ ਸਭ ਤੋਂ ਵੱਧ ਚੋਰੀ ਕੀਤੇ ਜਾਣ ਵਾਲੀ ਫੂਡ ਆਈਟਮ ਕਿਹੜੀ ਹੈ? ਖਾਣ ਦਾ ਸਮਾਨ ਸਭ ਤੋਂ ਵੱਧ ਕਿਹੜਾ ਚੋਰੀ ਕੀਤਾ ਜਾਂਦਾ ਦੁਨੀਆ 'ਚ? ਤੁਹਾਡੇ ਆਪਸ਼ਨਸ ਨੇ ਬ੍ਰੈਡ, ਫਰੂਟਸ ਜਾਂ ਫਿਰ ਚੀਜ਼। ਬ੍ਰੈਡ, ਫਰੂਟਸ ਜਾਂ ਚੀਜ਼? ਤੀਸਰਾ ਕੀ ਬੋਲਿਆ? ਚੀਜ਼, ਚੀਜ਼। ਬ੍ਰੈਡ। ਗਲਤ ਜਵਾਬ, ਤੁਸੀਂ ਜਵਾਬ ਦੇਣਾ ਚਾਹੋਗੇ? ਫਰੂਟ।
जवाब सब तो ज्यादा पूरे दुनिया च चीज की चोरी होंगी पनीर मैं तो क्या प्रोडक्शन होना दी जाते हैं दोबारा बोलो कहके चाइना रशिया या अमेरिका चाइना उन्होंने जवाब देता वो गलत है तो रशिया ये भी गलत जवाब ते हुन रिया पांचवा सवाल जेड़ा की स्क्रीन ते होवेगा ओके ठीक है जी एते विच तानू एक कलर दिखाया जाएगा उस कलर दे तुसी पांच नेचुरल ऑब्जेक्ट दसने ने जिन्हां दा लाइक कुदरती रंग ओही है जेड़ा स्क्रीन ते दिखाया जा रहा है ओके जवाब देना है ब्राउन अपनी की उन्हें गिटार कहते हैं साढ़े को तो मुर्गी मुर्गी भी ब्राउन हो सकती है थोड़ा टाइम आउट हो गया हो गया जी टाइम आउट हो गया नहीं ऐसा जवाब एक को जना दे सकते हैं अच्छा अच्छा दोनों नहीं देना हाँ मतलब ऐसे लिए सिर्फ एक जने को ऑप्शन मिला पर ऐसे वैसे चूहा भी आ सकता सी बिल्कुल चूहा ब्राउन थोड़ा होता ग्रे होता है बच्चों होता ब्राउन भी होता ब्राउन होता है बिल्ली होगी बिल्ली भी या उसका गांव भी होता है बहुत सी इतना हाँ उल्लू हो गया सप हो गया क्रोकोडाइल हो गया बहुत ऑप्शंस रहे पर अनफॉर्चुनेटली ऐसे ऑप्शंस ऐसे मार्क्स किसी ने भी नहीं मिलेंगे तापा वादे अगले सवाल पर एशिया की केड़ी कंट्री दुनिया च सब तो वड्डी टी प्रोड्यूसर है मतलब चाह उत्पादक है एशिया दे विच ਤੁਹਾਡੇ ਆਪਸ਼ਨਸ ਨੇ ਪਾਕਿਸਤਾਨ ਚਾਈਨਾ ਜਾਂ ਇੰਡੀਆ ਤੁਹਾਡਾ ਤੁਸੀਂ ਇੰਡੀਆ ਗਲਤ ਜਵਾਬ ਤੁਸੀਂ ਜਵਾਬ ਦੇਣਾ ਚਾਹੋਗੇ ਆਪਸ਼ਨਸ ਦੱਸਾਂ ਮੈਂ ਚਾਈਨਾ ਸਹੀ ਜਵਾਬ ਪਾਕਿਸਤਾਨ ਹੀ ਰਹਿ ਗਿਆ ਸੀ ਉੱਥੋਂ ਤਾਂ ਨਿਕਲ ਨਹੀਂ ਸਕਦੀ ਚਾਹ ਇੰਨੀ ਬਿਲਕੁਲ ਸਹੀ ਜਵਾਬ ਲੈ ਗਏ 5 ਪੁਆਇੰਟਸ ਹੋਰ ਵੈਰੀ ਗੁੱਡ 10 ਹੋ ਗਏ ਇਧਰ ਕਿਸਮਤ ਮੇਰੇ ਇਧਰੋਂ 10 ਹੋ ਗਏ ਕਿਸਮਤ ਮੇਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਗਲਾ ਸਵਾਲ ਹਾਂਜੀ ਸਪੇਸ ਯਾਨੀ ਕਿ ਅੰਤਰਿਕਸ਼ ਚ ਉਗਾਈ ਜਾਣ ਵਾਲੀ ਪਹਿਲੀ ਸਬਜ਼ੀ ਕਿਹੜੀ ਸੀ ਤੁਹਾਡੇ ਆਪਸ਼ਨਸ ਨੇ ਟਮਾਟਰ ਪਿਆਜ਼ ਜਾਂ ਆਲੂ ਬਸਰ ਤਾਂ ਦੱਬੋ ਆਲੂ ਸਹੀ ਜਵਾਬ ਅੰਤਰਿਕਸ਼ ਦੇ ਵਿੱਚ ਹਾਂਜੀ ਆਲੂ ਮੈਨੂੰ ਤਾਂ ਅੰਦਾਜ਼ਾ ਹੀ ਲਾਇਆ ਵੀ ਆਲੂ ਸ਼ਾਇਦ ਧਰਤੀ ਦੇ ਵਿੱਚ ਹੋ ਗਿਆ ਸਾਫ ਹੋ ਸਕਦਾ ਹੈ ਅੰਤਰਿਕਸ਼ ਮਤਲਬ ਸਪੇਸ ਗਿਆਨ ਚ ਇੱਕ ਗੱਲ ਦਾ ਤਾਂ ਪਤਾ ਲੱਗ ਗਿਆ ਵੀ ਆਪਾਂ ਦੋ ਹੀ ਖਾਸ ਇੰਟੈਲੀਜੈਂਟ ਆ ਇਸ ਰਾਉਂਡ ਦਾ ਆਖਰੀ ਸਵਾਲ ਠੀਕ ਹੈ ਜੀ ਯਾਨੀ ਕਿ 8ਵਾਂ ਸਵਾਲ ਇੱਧਰ ਦੋ ਹੋ ਗਏ ਕਿ ਤਿੰਨ ਤਿੰਨ ਹੋ ਗਏ ਇਹਨਾਂ ਦੇ ਹਾਂ ਤਿੰਨ ਹੋ ਗਏ ਤਿੰਨ ਹੋ ਗਏ ਆਲੂ ਦੱਸ ਤੇ ਸਪੇਸ ਵਾਲਾ ਦੱਸਤਾ ਮੈਂ ਤਾਂ ਹੋਰ ਕੀ ਰਹਿ ਗਿਆ ਪਿੱਛੇ ਆਂਡੇ ਵਾਲਾ ਕੁਐਸਚਨ ਆਂਡੇ ਵਾਲਾ ਕੁਐਸਚਨ ਤਾਂ ਨਹੀਂ ਕੋਈ अगला ते इस राउंड दा आखरी सवाल ओ भी टीवी दी स्क्रीन ते होएगा एथे तुहानू एक डिश दिखाई जाऊगी हां ओदे तुसी पांच इंग्रेडिएंट दसने आ के ओदे विच पांच केडियां केडियां चीजां पैंदियां ने ए भी आही पौंदा लगदा भाई जी मेरे के कुकिंग मैं ठीक खा लेंगे तुहानू 15 सेकंड दा टाइम दित्ता जाऊगा जी तुहाडा जेड़ा डिश है हां जी तुहाडा टाइम शुरू हुंदा हुण मैदा चॉकलेट क्रीम चीनी और बटर हो गए पूरे वेरी गुड वेरी गुड ऐ दे च तुहानू 30 सेकंड दा टाइम मिलूगा तुसी आपदे किसी भी फ्रेंड तो टाइम टाइम दी गल बुलवाउणा है 30 सेकंड दे विच विच ठीक है जी ते तुसी आपदे फोन तैयार कर सकदे हो की बुलाउणा टाइम टाइम दी गल जेड़ा कि साडे शो दा नाम है मतलब उन्हें कह देना सीधा ही के बोल के नहीं इनडायरेक्टली बुलाउणा ਨਹੀਂ ਕਹਿ ਕੇ ਬੁਲਵਾਉਣਾ ਹੈ ਇੰਨਾ ਸੀ ਔਖਾ ਨਹੀਂ ਕਰਦੇ ਰਵਿੰਦਰ ਸੀ ਬਸ ਸਿਰਫ ਫੋਨ ਲਾਉਣਾ ਉਹਨੂੰ ਕੀ ਕਹਿਣਾ ਉਹਨੂੰ ਕਹਿਣਾ ਵੀ ਟਾਈਮ ਟਾਈਮ ਦੀ ਗੱਲ ਬੋਲੋ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ
ਕਿਤੇ ਇੱਕ ਨੂੰ ਤਾਂ ਨਹੀਂ ਲਾ ਲਿਆ ਸਪੀਕਰ ਤੇ ਸਪੀਕਰ ਤੇ ਸੁਰਾਪੁਰੀ ਸਾਹਿਬ ਹੈਲੋ ਅਸੀਂ ਇੰਟਰਵਿਊ ਤੇ ਆ ਪਟਾਲਾ ਚੈਨਲ ਦੀ ਤੇ ਗਾਣਾ ਤਾਂ ਸੁਣ ਲਈਏ ਯਾਰ ਟਾਈਮ ਦੀ ਗੱਲ ਆਪਾਂ ਲੇਟ ਹੋ ਗਏ ਸਰ ਗਰੇ ਬਾਲ ਸਭਾ ਹੋਰ ਹੁਣ ਚਲੋ ਦੁਬਾਰਾ ਦੇਖਦੇ ਹਾਂ ਓਕੇ ਨਹੀਂ ਬੋਲਿਆ ਉਹਨੂੰ ਮਿਲਦੇ ਤੇ ਹੁਣ ਵਾਰੀ ਹੈ ਸਾਡੇ ਬਾਲੀਵੁੱਡ ਕੁਇਜ਼ ਦੀ ਇਹਦੇ 'ਚ ਮੈਨੂੰ ਪੱਕਾ ਪਤਾ ਕਿ ਤੁਸੀਂ ਬਜ਼ਰ ਦਾ ਖਹਿੜਾ ਨਹੀਂ ਛੱਡਣਾ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ 8 ਸਵਾਲ ਪੁੱਛੇ ਜਾਣਗੇ ਅਤੇ ਹਰ ਸਹੀ ਜਵਾਬ 'ਤੇ ਤੁਹਾਨੂੰ ਮਿਲਣਗੇ 10 ਪੁਆਇੰਟਸ ਇਹਦੇ 'ਚ ਪੁਆਇੰਟਸ ਵੱਧ ਗਏ ਨੇ ਗੇਮ ਕੋਈ ਵੀ ਆ ਰਿਹਾ ਪਾਰ ਕਰ ਸਕਦਾ ਅਤੇ ਆ ਰਿਹਾ ਤੁਹਾਡਾ ਪਹਿਲਾ ਸਵਾਲ ਪਰਮੀਸ਼ ਵਰਮਾ ਵੱਲੋਂ ਗਾਏ ਗਏ ਸੌਂਗ ਗਾਲ ਨੀ ਕੱਢਣੀ ਦੇ ਲਿਰਿਕਸ ਕਿਹਨੇ ਲਿਖੇ ਨੇ ਤੁਹਾਡੇ ਆਪਸ਼ਨਸ ਨੇ ਜਿੰਮੀ ਕੋਟਕਪੁਰੀਆ ਪਰਮੀਸ਼ ਵਰਮਾ ਜਾਂ ਵਿੱਕੀ ਗਿੱਲ ਜਿੰਮੀ ਆਈ ਥਿੰਕ ਜਿੰਮੀ ਕੋਟਕਪੁਰੀਆ ਗਲਤ ਜਵਾਬ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਨਾ ਮੈਂ ਤਾਂ ਦੇਣਾ ਨਹੀਂ ਮੈਂ ਤੇ ਵੀ ਗਲਤ ਦੇਣ ਲੱਗਿਆ ਸੀ ਨਹੀਂ ਨਹੀਂ ਦੇ ਰਹੀ ਦੱਸੋ ਨਹੀਂ ਹੋ ਗਿਆ ਕਲੀਅਰ ਨਹੀਂ ਨਹੀਂ ਹੋਇਆ ਨਹੀਂ ਗਲਤ ਆ ਗਲਤ ਜਵਾਬ ਹੈ ਅੱਛਾ ਗਲਤ ਆ ਦੁਬਾਰਾ ਕਰੋ ਆਪਸ਼ਨਸ ਜਿਹੜੇ ਦੋ ਰਹਿ ਗਏ ਹਾਂ ਪਰਮੀਸ਼ ਵਰਮਾ ਤੇ ਵਿੱਕੀ ਗਿੱਲ ਵਿੱਕੀ ਗਿੱਲ ਬਿਲਕੁਲ ਸਹੀ ਜਵਾਬ ਫਾਈਨਲੀ 10 ਪੁਆਇੰਟਸ ਖਾਤਾ ਖੁੱਲ ਗਿਆ ਥੋੜਾ ਥੋੜਾ ਯਾਦ ਜਿਹਾ ਆ ਵੀ ਰਿਹਾ ਸੀ ਵਿੱਚ ਕਹਿੰਦਾ ਵੀ ਐਂਡ ਜੇ ਤੇ ਪਤਾ ਨਹੀਂ ਗਿੱਲ ਵੀਰੇ ਪਤਾ ਨਹੀਂ ਕੀ ਚਲੋ ਜੀ ਬਸ ਤੁਹਾਨੂੰ ਲਿਆ ਚੱਲ ਪਰਮਾਤਮਾ ਦੀ ਮਿਹਰ ਹੋ ਗਈ ਮਿੱਤਰ ਮਿੱਤਰਾਂ ਦਾ ਨਾਲ ਚੱਲ ਗਿਆ ਚਲੋ ਯੋਗਰ ਚਲੋ ਜੀ ਹੁਣ ਟੱਕਰ ਦਾ ਮੁਕਾਬਲਾ ਹੋ ਸਕਦਾ ਹੈ ਜੀ ਇਹ ਰਿਹਾ ਤੁਹਾਡਾ ਦੂਸਰਾ ਸਵਾਲ ਇੱਧਰ ਕਿੰਨੇ ਨੰਬਰ ਨੇ ਇੱਧਰ ਨੰਬਰ ਤਾਂ ਬਹੁਤ ਨੇ ਖੜ ਜਾਓ ਟੱਕਰ ਤਾਂ ਦੇਖਾਂ ਕਿ ਹੈ 20 ਆਪਣੇ 5 ਤੁਹਾਡੇ 10 ਤੁਹਾਡਾ ਦੂਸਰਾ ਸਵਾਲ ਅਮਰਿੰਦਰ ਗਿੱਲ ਦਾ ਲਾਸਟ ਸਿੰਗਲ ਟਰੈਕ ਕਿਹੜਾ ਸੀਗਾ ਤੁਹਾਡੇ ਆਪਸ਼ਨਸ ਨੇ ਬਹੁਤ ਨੇੜੇ ਸੁਪਨਾ ਜਾਂ ਬੰਦ ਦਰਵਾਜ਼ੇ ਬੰਦ ਦਰਵਾਜ਼ੇ ਗਲਤ ਜਵਾਬ ਇਹ ਐਲਬਮ ਦਾ ਸੌਂਗ ਸੀਗਾ ਤੁਸੀਂ ਜਵਾਬ ਦੇਣਾ ਚਾਹੋਗੇ ਅਮਰਿੰਦਰ ਗਿੱਲ ਦਾ ਲਾਸਟ ਸਿੰਗਲ ਟਰੈਕ ਜਿਹੜਾ ਉਹਨਾਂ ਨੇ ਗਾਇਆ ਸੀਗਾ ਬਹੁਤ ਨੇੜੇ ਇਹ ਵੀ ਗਲਤ ਜਵਾਬ ਸਹੀ ਜਵਾਬ ਹੈ ਸੁਪਨਾ ਜਿਹੜਾ ਕਿ 2015 ਚ ਸੀਗਾ ਅੱਛਾ ਸਿੰਗਲ ਆਇਆ ਹਾਂਜੀ ਉਸ ਤੋਂ ਬਾਅਦ ਸਾਰੇ ਐਲਬਮ ਈਪੀ ਕੱਢੀ ਹੈ ਉਹਨਾਂ ਨੇ ਇਹ ਵੀ ਪੰਗਾ ਨਹੀਂ ਪਤਾ ਨਹੀਂ ਲੱਗਦਾ ਹੁਣ ਐਲਬਮ ਕਿਹਦੀ ਪਤਾ ਨਹੀਂ ਕੀ ਆ ਗਿਆ ਕਿਹੜੀ ਫਿਲਮ ਦਾ ਹੈ ਚਲੋ ਜੀ ਚਲੋ ਅਗਲੇ ਸਵਾਲ ਵੱਲ ਵਧਦੇ ਹਾਂ ਬੈਡ ਲੱਕ ਸੋਨਮ ਬਾਜਵਾ ਦੀ ਪੰਜਾਬੀ ਡੈਬਿਊ ਮੂਵੀ ਦਾ ਨਾਮ ਕੀ ਸੀ ਤੁਹਾਡੇ ਆਪਸ਼ਨਸ ਨੇ ਬੈਸਟ ਆਫ ਲੱਕ ਜੱਟ ਏਅਰਵੇਜ਼ ਜਾਂ ਜਿਹਨੇ ਮੇਰਾ ਦਿਲ ਲੁੱਟਿਆ ਜਿਹਨੇ ਮੇਰਾ ਦਿਲ ਲੁੱਟਿਆ ਗਲਤ ਜਵਾਬ ਜੱਟ ਏਅਰਵੇਜ਼ ਗਲਤ ਜਵਾਬ ਤੇ ਸਹੀ ਜਵਾਬ ਹੈ ਬੈਸਟ ਆਫ ਲੱਕ ਬੈਸਟ ਆਫ ਲੱਕ ਪਹਿਲੀ ਸੀਗੀ ਹਾਂਜੀ ਉਹ ਤਾਂ ਥੋੜੇ ਚਿਰ ਹੋਇਆ ਆਈ ਨਹੀਂ 2013 ਚ ਜਿਹੜੀ ਆਈ ਹੈ ਡੈਬਿਊ ਮੂਵੀ 2013 ਦੀ ਆਈ ਹੋਈ ਆ ਉਹ ਬੈਸਟ ਆਫ ਲੱਕ ਦੇਖੋ ਜੀ ਸਾਨੂੰ ਸਾਡੀ ਲਾਈਨ ਬਾਰੇ ਨਹੀਂ ਪਤਾ ਹੋਰ ਕੀ ਪਤਾ ਹੋਣਾ ਮੇਰੀ ਤਾਂ ਨਿਰਾਸ਼ ਨਹੀਂ ਹੋਣਾ ਜੀ ਅੱਗੇ ਹਲੇ ਜੱਜੀ ਬਾਈ ਹੋਰੀ ਸੀ ਇਸ ਤਰ੍ਹਾਂ ਕਰਨ ਲੱਗਿਆ ਜੱਜੀ ਬੈਂਸ ਬਾਈ ਸੀ ਇਸ ਮੇਰੇ ਖਲ ਕਿਹੜੀ ਗੇੜੀ ਸੀ ਜੈਜ਼ੀ ਬੈਂਸ ਵੀ ਸੀ ਸ਼ਾਇਦ ਹਾਂ ਉਹ ਹੀ ਆਉਗੀ ਗਿੱਪੀ ਗਿੱਪੀ ਸੀ ਗਿੱਪੀ ਨਾਲ ਡੈਬਿਊ ਮੂਵੀ ਆਈ ਸੀ ਇਹਨਾਂ ਦੀ ਆਹ ਕਾਇ ਕੋਈ ਗੱਲ ਨਹੀਂ ਹਲੇ ਹੋਰ ਸਵਾਲ ਵੀ ਬਾਕੀ ਨੇ ਚਲੋ ਚਲੋ ਅਗਲਾ ਸਵਾਲ ਇਹ ਬੰਦਿਆਂ ਨੇ ਵੀ ਨਾਰਾਜ਼ ਹੋਣਾ ਸਾਨੂੰ ਦੇਖਦੇ ਤੁਹਾਨੂੰ ਇੱਕ ਲੈਟਰ ਦਿਖਾਇਆ ਜਾਊਗਾ ਅਲਫਾਬੈਟ ਇੱਕ ਠੀਕ ਹੈ ਜੀ
ਉਸ ਲਵ ਕੇ ਕੱਲੇ ਹੀ ਹਾਂਜੀ ਮੈਂ ਕਿਹਾ ਲਵ ਲੈਟਰ ਕੇ ਕੱਲੇ ਹੀ ਨਹੀਂ 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 ਕੱਲੇ ਹੀ ਅੱਖਰ ਅੱਛਾ ਲੈਟਰ ਵੈਸੇ ਹਾਂਜੀ ਲੈਟਰ ਉਹਦੇ ਤੋਂ ਸ਼ੁਰੂ ਹੋਣ ਵਾਲੀਆਂ ਪੰਜ ਪੰਜਾਬੀ ਫਿਲਮਾਂ ਦੱਸਣੀਆਂ ਨੇ ਤੁਸੀਂ ਚਲੋ ਤੇ ਇਹ ਦੱਸਣ ਲਈ ਵੀ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲੂਗਾ ਜਿਹਨੇ ਦੱਸਤਾ ਬਸ ਕੋਈ ਦੱਸ ਸਕਦਾ ਜੀ ਤੇ ਨਾ ਦੱਸ ਸਕਦਾ ਨਹੀਂ ਇਹਦੇ ਵਿੱਚ ਜਿਹੜਾ ਪਹਿਲਾਂ ਬਜ਼ਰ ਦੱਬੂਗਾ ਤਾਂ ਜਵਾਬ ਦੇਣ ਦਾ ਮੌਕਾ ਸਿਰਫ ਉਹਨੂੰ ਹੀ ਮਿਲੂਗਾ ਪੰਜ ਫਿਲਮਾਂ ਦੱਸਣ ਦਾ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਲੈਟਰ ਹੈ ਬਜ਼ਰ ਦੱਬ ਕੇ ਜਵਾਬ ਦੇਣਾ ਹੈ ਤੁਸੀਂ ਤੂੰ ਮੇਰਾ ਕੀ ਲੱਗਦਾ ਮੇਰਾ ਕੀ ਲੱਗਦਾ ਬਹੁਤ ਨੇ ਬਹੁਤ ਨੇ ਮੌਕਾ ਪੂਰਾ ਮਿਲਿਆ ਹੁਣ ਤੂੰ ਇਹ ਮੌਕਾ ਨੀ ਮਿਲਿਆ ਇਸ ਰਾਊਂਡ ਦਾ ਛੇਵਾਂ ਸਵਾਲ ਠੀਕ ਹੈ ਜੀ ਸ਼ੈਰੀ ਮਾਨ ਦਾ ਅਸਲੀ ਨਾਮ ਕੀ ਹੈ ਤੁਹਾਡੇ ਆਪਸ਼ਨਸ ਨੇ ਸੁਰਿੰਦਰ ਸਿੰਘ ਮਾਨ ਸ਼ਰਨਜੀਤ ਸਿੰਘ ਮਾਨ ਜਾਂ ਸਿਮਰਨਜੀਤ ਸਿੰਘ ਮਾਨ ਦੁਬਾਰਾ ਬੋਲੋ ਜੀ ਹੁਣ ਮੈਂ ਸੁਰਿੰਦਰ ਸਿੰਘ ਮਾਨ ਲੱਗ ਗਿਆ ਸ਼ਰਨਜੀਤ ਸਿੰਘ ਮਾਨ ਸ਼ਰਨਜੀਤ ਸਿੰਘ ਮਾਨ ਗਲਤ ਜਵਾਬ ਹੈ ਸਿਮਰਨਜੀਤ ਸਿੰਘ ਮਾਨ ਤਾਂ ਹੋ ਨਹੀਂ ਸਕਦਾ ਉਹ ਤਾਂ ਇੱਕੋ ਨੇ ਚਰਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਇਹ ਡਾਇਲੋਗ ਕਿਸ ਫਿਲਮ ਦਾ ਹੈ ਤੇ ਤੁਹਾਡੇ ਆਪਸ਼ਨਸ ਨੇ ਲੱਕੀ ਦੀਆਂ ਲੱਕੀ ਸਟੋਰੀ ਵਧਾਈਆਂ ਜੀ ਵਧਾਈਆਂ ਜਾਂ ਕੈਰੀ ਓਨ ਜੱਟਾ 2 ਲੱਕੀ ਦੀਆਂ ਲੱਕੀ ਸਟੋਰੀ ਬਿਲਕੁਲ ਸਹੀ ਜਵਾਬ ਹੈ ਨਾ ਡਰ ਡਰ ਕੇ ਕਾਹਤੋਂ ਤੁਸੀਂ ਬਜ਼ਰ ਦੱਬਿਆ ਸਹੀ ਜਵਾਬ ਦੇ ਦਿੱਤਾ ਮੈਂ ਤਾਂ ਕਿਹਾ ਸੀ ਮੈਂ ਕਿਹਾ ਚਲੋ ਨਾ ਆਪਸ਼ਨ ਮੇਰੇ ਪਾਸ ਆਈ ਮੈਨੂੰ ਇਹ ਵੀ ਇੱਕ ਆਪਸ਼ਨ ਹੋਰ ਘੱਟ ਜੂਗੀ ਚਲੋ ਹੋ ਜਾ ਸੌਖਾ ਤੁਸੀਂ ਬਜ਼ਰ ਦੱਬਣ ਤੋਂ ਪਹਿਲਾਂ ਆਪ ਸੀ ਸਦਾ ਨਹੀਂ ਬਾਅਦ ਮੈਨੂੰ ਯਾਦ ਆ ਗਿਆ ਨਾ ਵੀ ਵਧਾਈਆਂ ਦੀ ਵਧਾਈਆਂ ਉਹ ਵੀ ਮੈਂ ਦੇਖੀ ਹੋਈ ਹੈ ਫਿਲਮ ਕੈਰੀ ਓਨ ਜੱਟਾ 3 ਦਾ ਵੀ ਮੈਨੂੰ ਪਤਾ ਵੀ ਉਹ 'ਚ ਨਹੀਂ ਸੀ ਇੱਕੋ ਹੀ ਰਹਿ ਗਈ ਪਿੱਛੇ ਰਹਿ ਗਈ ਹਾਂ ਉਹ ਮੈਂ ਦੇਖੀ ਵੀ ਨਹੀਂ ਸੀ ਫਿਲਮ ਬਟ ਮੈਨੂੰ ਸੀ ਫਿਰ ਉਹ 'ਚ ਹੀ ਹੋਦਾ ਆਖਰੀ ਸਵਾਲ ਫੇਰ ਸਕਰੀਨ ਤੇ ਹੋਏਗਾ ਇੱਥੇ ਤੁਹਾਨੂੰ ਇੱਕ ਆਰਟਿਸਟ ਦੀ ਫੋਟੋ ਦਿਖਾਈ ਜਾਏਗੀ ਹਾਂਜੀ ਜੋ ਆਰਟਿਸਟ ਤੁਹਾਨੂੰ ਇੱਥੇ ਨਜ਼ਰ ਆਏਗਾ ਉਹਦੀਆਂ ਤੁਸੀਂ 5 ਫਿਲਮਾਂ ਦੱਸਣੀਆਂ ਨੇ ਫਿਰ ਤੋਂ ਫਿਲਮਾਂ ਦਾ ਸਵਾਲ ਆ ਗਿਆ ਤੇ ਇਹ ਦੱਸਣ ਲਈ ਵੀ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲੂਗਾ ਠੀਕ ਹੈ ਜੀ ਤੇ ਜਿਹੜੇ ਆਰਟਿਸਟ ਨੇ ਉਹਨੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ ਸਿੰਮੀ ਚਾਰੋਂ ਦੀ ਕਦੋਂ ਹੁਣੇ ਆਈ ਆ ਇੱਕ ਤਾਂ ਉਹ ਹੈ ਨਾ ਦੱਸ ਰਿਹਾ ਹਾਂ ਉਹ ਤਰਸੇਮ ਜੱਸਣ ਨਾਲ ਆਈ ਸੀ ਹਾਂਜੀ ਹਾਂਜੀ ਸਹੀ 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 ਰੱਬ ਦਾ ਰੇਡੀਓ ਬਿਲਕੁਲ ਸਹੀ ਇੱਕ ਆ ਹੁਣੇ ਆਈ ਆ ਥੋੜੇ ਦਿਨ ਰਿਲੀਜ਼ ਹੋਈ ਹੈ ਇੱਕ ਮਸਤਾਨੇ ਆਉਣ ਵਾਲੀ ਆ ਉਹ ਵੀ ਨਹੀਂ ਇੱਕ ਹੈਗਾ ਆਹ ਕਦੇ ਨੂੰਹ ਦੀਆਂ ਕਦੇ ਕੀਤੀ ਕਦੇ ਬਾਪੂ ਦੀਆਂ ਕਦੇ ਹਾਂ ਹਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਦਾਦੇ ਦੀਆਂ ਕਦੇ ਪੋਤੇ ਦੀਆਂ ਤਿੰਨ ਹੋ ਗਈਆਂ ਵੀ ਜਿਹੜੇ ਇਹ ਫੜ ਜਾਈਏ ਨਹੀਂ ਜਿਹਦੀ ਉਹ ਜਿਹੜੀ ਬਾਹਰੋਂ 3 ਬਣਾਈ ਸੀ ਇਹਨਾਂ ਨੇ ਕੀ 2 ਯਾਰ ਬਾਹਰ ਸ਼ੂਟ ਕੀਤੀ ਸੀ ਕਿਹੜੀਆਂ ਜਿਹਦੇ 2-3 ਆਪਸ਼ਨ ਜੀ ਆ ਗਏ 9 ਦਾ ਮੈਨੂੰ ਨਹੀਂ ਯਾਦ ਆ ਰਿਹਾ ਨਹੀਂ ਤਾਂ ਮੈਂ ਹੀ ਦੱਸ ਦਿੰਦਾ ਅਮਰਿੰਦਰ ਗਿੱਲ ਦੀ ਕਿਹੜੀ ਫਿਲਮ ਆ ਕਿਹੜੀ ਆ ਯਾਰ ਬਾਹਰ ਸ਼ੂਟ ਹੋਈ ਆ ਉਹ ਯੂਕੇ 'ਚ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਵੈਰੀ ਗੁੱਡ ਇੱਕ ਰਹਿ ਗਈ ਹਾਂ ਇੱਕ ਰਹਿ ਗਈ ਇੱਕ ਚਲੋ ਇੱਕ ਤਾਂ ਛੱਡ ਦੋ ਹੁਣ ਇੰਨਾ ਜ਼ੋਰ ਚਲੋ ਛੱਡ ਦੋ ਕੋਈ ਤੁਸੀਂ 4 ਦੇ ਗਏ ਸਹੀ ਜਵਾਬ ਤੁਹਾਨੂੰ ਪਤਾ ਤੁਸੀਂ ਪਾਰਟ 1 ਤੇ 2 ਵੀ ਗਣਾ ਸਕਦੇ ਸੀਗੇ ਚਲੋ ਨੂੰ ਗਿਣ ਲਓ ਜੀ ਫਿਰ ਤੁਸੀਂ ਹੁਣ ਇੱਕ ਹੈ ਇੰਨਾ ਕੰਮ ਤਾਂ ਕੁਛ ਤਾਂ ਕੰਮ ਤੁਸੀਂ ਆਪ ਕਰੋ ਚਲੋ ਠੀਕ ਹੈ ਹਾਂ ਇਹ ਮੈਂ ਕਰ ਲੈਣੀ ਹੈ ਇਹ ਮੈਂ ਕਰ ਲੈਣੀ ਹੈ ਬਿਲਕੁਲ ਸਹੀ ਹੈ ਮੈਂ ਕਿਹਾ ਜੀ ਮੈਂ ਤਾਂ ਉਹ ਨਹੀਂ ਮੇਰੇ ਦਿਮਾਗ 'ਚ ਤਾਂ ਆ ਰਹੀ ਆ ਵੀ ਬਾਹਰ ਸ਼ੂਟ ਹੋਈ ਆ ਯੂਕੇ 'ਚ ਹੋਈ ਸੀ ਉਹ ਸਾਰਾ ਪਤਾ ਮੇਰਾ ਪੁੱਤ ਥੋੜਾ ਜਿਹਾ ਚੱਲ ਬਸ ਨਾਮ ਨਹੀਂ ਕਈ ਵਾਰ ਮੂੰਹ ਤੇ ਆਉਂਦਾ ਥੋੜਾ ਜਿਹਾ ਤਾਂ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਜਵਾਬ ਦੇ ਗਏ ਲੈ ਗਏ ਪੁਆਇੰਟਸ ਵੈਰੀ ਗੁੱਡ ਬਸ ਇੰਨੀ ਕਿਹਾ ਪਰ ਜਿੰਨੇ ਤੂੰ ਚਾਹੁੰਦਾ ਸੀ ਉਹਨੇ ਲੈ ਜਾ ਸਵਾਲ ਜਵਾਬ ਤਾਂ ਚਲੋ ਚੱਲਦੇ ਹੀ ਰਹਿਣੇ ਆ ਆਪਸੀ ਤੁਹਾਡੀ ਜੋੜੀ ਹੈ ਨਾ
ਤੁਹਾਡੇ ਜਿਹੜੇ ਗੀਤਾਂ ਦੀ ਪਸੰਦ ਹੈ, ਮੈਂ ਜਿਵੇਂ ਕਿ ਸ਼ੋਅ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਤੁਹਾਡੇ ਜਿਹੜੇ ਗੀਤ ਨੇ, ਤੁਹਾਡੀ ਗਾਇਕੀ ਨੇ ਪੰਜਾਬ ਨੂੰ ਸੋਹਣੇ ਗੀਤ ਦਿੱਤੇ ਨੇ, ਹੈ ਨਾ, ਜਿਹੜੇ ਅਸੀਂ ਸੁਣ ਸੁਣ ਮਤਲਬ ਕਈ ਯਾਦਾਂ ਜੁੜੀਆਂ ਹੋਈਆਂ ਨੇ, ਸੁਣ ਸੁਣ ਵੱਡੇ ਹੋਏ ਆ ਇੰਨੇ ਦਹਾਕਿਆਂ ਤੋਂ। ਤੁਹਾਡੇ ਲਈ ਇਹ ਜਿਹੜਾ ਟਾਈਮ ਆ 10-15 ਸਾਲ ਪਹਿਲਾਂ ਜਿਹੜੀ ਆਡੀਅੰਸ ਸੀ ਤੇ ਜਿਹੜੀ ਆਡੀਅੰਸ ਹੋਣਾ, ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਉਹਦੇ 'ਚ? ਇਹ ਮੈਂ ਦੱਸਾਂ ਜੀ ਦਰਬਾਈ ਜੀ, ਦੋਨੇ ਵਾਰੀ ਵਾਰੀ ਪਹਿਲਾਂ ਦੱਸੋਗੇ? ਪਹਿਲਾਂ ਮੈਂ ਦੱਸਦਾ ਕੋਈ। ਦੇਖੋ ਜੀ, ਆਡੀਅੰਸ ਦੇ ਵਿੱਚ, ਯੂਥ ਦੇ ਵਿੱਚ ਥੋੜ੍ਹਾ ਜਿਹਾ ਨਵਿਆਂ ਦੇ ਵਿੱਚ ਫਰਕ ਪਿਆ, ਪਰ ਸਾਡੇ ਗੀਤ ਹੁਣ ਵੀ ਸੁਣੇ ਜਾਂਦੇ ਨੇ। ਪਰ ਇਹਦੇ ਵਿੱਚ ਇਹ ਆ ਕਿ ਥੋੜ੍ਹਾ ਜਿਹਾ ਜਦੋਂ ਯੂਟਿਊਬ 'ਤੇ ਸੋਸ਼ਲ ਮੀਡੀਆ 'ਤੇ ਗਾਣੇ ਆ ਗਏ, ਉਹਦੇ ਵਿੱਚ ਕਨਫਿਊਜ਼ਨ ਜ਼ਰੂਰ ਪੈਦਾ ਹੋਈ ਸਾਨੂੰ, ਕਿਉਂਕਿ ਅਸੀਂ ਕੈਸਟਾਂ ਦੇ ਤਾਂ ਪੂਰੇ ਸੀਗੇ ਕਾਇਮ। ਉਹ ਜਦੋਂ ਯੂਟਿਊਬ 'ਤੇ ਐਡ ਦਾ ਵੀ ਸਾਨੂੰ ਬਹੁਤ ਟਾਈਮ ਬਾਅਦ ਪਤਾ ਲੱਗਾ, ਮੈਨੂੰ ਕਾਫੀ, ਮੈਨੂੰ 6 ਮਹੀਨੇ ਬਾਅਦ ਪਤਾ ਲੱਗਣ ਲੱਗਿਆ ਵੀ ਇਹ ਗਾਣੇ ਯੂਟਿਊਬ 'ਤੇ ਇੱਦਾਂ ਬੂਸਟ ਕੀਤੇ ਜਾਂਦੇ ਨੇ ਐਡ ਲਾ ਕੇ। ਉਹਦੇ ਵਿੱਚ ਸਾਡੇ ਮਤਲਬ, ਅਸੀਂ ਫਿਰ, ਮੈਂ ਤਾਂ 2 ਸਾਲ ਹੋ ਗਏ ਗਾਇਆ ਹੀ ਨਹੀਂ ਅਜੇ ਗਾਣਾ ਕੋਈ, ਹੁਣ ਭੇਤ ਪਿਆ, ਹੁਣ ਗਾਵਾਂਗੇ। ਸੋ ਉਹਦਾ ਫਰਕ ਪਿਆ, ਪਰ ਇਹ ਨਹੀਂ ਕਹਿੰਦਾ ਕਿ ਗਾਣੇ, ਸੋ ਆਡੀਅੰਸ ਦੇ ਵਿੱਚ ਉਹ ਪੁਰਾਣੇ ਵੀ ਸੁਣੇ ਜਾਂਦੇ ਆ। ਮੈਂ ਆਪ ਮਾਨਕ ਸਾਹਿਬ ਦੀਆਂ ਕਲੀਆਂ ਜਾਂ UK 'ਚ ਸੁਣਦਾ, ਬੰਦਾ ਲਾਈ ਜਾ ਰਿਹਾ, ਮੈਂ ਕਿਹਾ ਵੀ ਤੂੰ ਕਿੱਥੋਂ? ਕਹਿੰਦਾ ਬਾਈ ਅਸੀਂ ਤਾਂ ਸੁਣਦੇ ਹੀ ਆਹੀ ਹਾਂ ਚਮਕੀਲੇ, ਉਹਨਾਂ ਦੇ ਗਾਣੇ ਚਮਕੀਲਾ ਸਾਹਿਬ ਦੇ। ਚਲੋ, ਆਡੀਅੰਸ ਤਾਂ ਤਕਰੀਬਨ ਨੇੜੇ ਤੇੜੇ ਹੀ ਆ, ਨੇੜੇ ਤੇੜੇ ਆ, ਪਹਿਲਾਂ ਵੀ, ਹੁਣ ਤਾਂ ਬਲਕਿ ਦੁਬਾਰਾ ਜਿਹੜਾ ਸਾਡਾ ਪਿੰਡਾਂ ਦਾ ਫੋਕ ਹੈਗਾ ਨਾ, ਜਿਹੜੇ ਹੁਣ ਦੇ ਜਿਹੜੀ ਸ਼ਬਦਾਵਲੀ ਆ ਰਹੀ ਆ ਗਾਣਿਆਂ ਦੇ ਵਿੱਚ ਦੁਬਾਰਾ ਤੋਂ, ਉਹ ਫਿਰ ਬੜੇ ਟ੍ਰੈਡੀਸ਼ਨਲ ਜਿਹੜੇ ਸਾਡੇ ਸ਼ਬਦ ਹੈਗੇ ਆ, ਕਈ ਅਲੋਪ ਹੋਏ ਹੋਏ, ਉਹ ਗਾਣਿਆਂ ਦੇ ਵਿੱਚ ਆਉਣ ਲੱਗੇ। ਹਾਲਾਂਕਿ ਜਿਹੜਾ ਇਹਦੇ ਤੋਂ ਤੁਸੀਂ 10-10 ਸਾਲ ਪਹਿਲਾਂ ਲਾ ਲਓ, ਉਦੋਂ ਥੋੜ੍ਹੀ ਬ੍ਰਾਂਡਾਂ ਬਰੂੰਡਾਂ ਦੀ ਗੱਲ ਜ਼ਿਆਦਾ ਹੋਈ ਆ, ਉਦੋਂ ਉਹ ਸਾਡੇ ਕਲਚਰ ਤੋਂ ਹਲੇ ਦੂਰ ਸੀਗੀ ਗਾਣੇ, ਪਰ ਹੁਣ ਫਿਰ ਚੰਗੀ ਗੱਲ ਆ ਕਿ ਜਿਹੜੇ ਹੁਣ ਲਿਰਿਕਸ ਆ ਰਹੇ ਆ ਔਰ ਜੋ ਸੁਣਨ ਵਾਲੇ ਵੀ ਨੇ ਅੱਜ ਕੱਲ੍ਹ ਦੇ ਮੁੰਡੇ, ਬਿਲਕੁਲ ਦੇਸੀ ਲਿਰਿਕਸ ਚੱਲ ਰਹੇ ਔਰ ਇਹੋ ਜਿਹੇ ਗਾਉਂਦੇ ਆ ਰਹੇ ਆ ਜੀ ਸ਼ੁਰੂ ਤੋਂ। ਹਾਂਜੀ, ਕਿੰਨੇ ਸੋਹਣੇ ਗਾਣੇ ਚੱਲਿਆ, ਸਰਤਾਜ ਉਹਨਾਂ ਦਾ ਫਿਲਮ ਬਣੀ ਸੀ, ਕਿਹੜਾ ਗਾਣਾ ਹੁਣ ਬਹੁਤ ਹਿੱਟ ਹੋਇਆ ਪਿੱਛੇ ਜੇ? ਨਹੀਂ, ਸਾਰੇ ਮਤਲਬ ਹੁਣ ਜਿਹੜੇ ਬਹੁਤ ਅੱਛੇ ਗਾਣੇ ਮੈਂ ਸੁਣਦਾ, ਜਿਹੜੇ ਅੱਜ ਕੱਲ੍ਹ ਦੀ ਜਿਹੜੀ ਸ਼ਬਦਾਵਲੀ ਆ ਉਹ ਬੜੀ ਪੇਂਡੂ, ਜਿਹੜੇ ਸਾਡੇ ਅਸਲੀ ਕਲਚਰ ਦੇ ਸ਼ਬਦ ਨੇ ਉਹਨਾਂ ਦੇ ਗਾਣੇ ਆ ਰਹੇ ਹੁਣ ਦੁਬਾਰਾ ਫੇਰ। ਜਿਹੜੇ ਹੁਣ ਆਰਟਿਸਟ ਚੱਲ ਰਹੇ ਨੇ, ਕੋਈ ਕਿਹੜੇ ਆਰਟਿਸਟ ਨੂੰ ਤੁਹਾਨੂੰ ਲਾਈਕ ਵਧੀਆ ਲੱਗਦੇ ਨੇ, ਕਿੰਨਾ ਦਾ ਤੁਸੀਂ ਗੀਤ ਸੁਣਨੇ ਪਸੰਦ ਕਰਦੇ ਹੋ ਜਿਹੜੇ ਹੁਣ ਚੱਲ ਰਹੇ ਨੇ? ਮੈਂ ਪ੍ਰਭ ਗਿੱਲ ਦਾ ਬਹੁਤ ਗਾਣੇ ਸੁਣਦਾ, ਸਤਿੰਦਰ ਸਰਤਾਜ ਉਹਨਾਂ ਦੇ ਗਾਣੇ ਸੁਣਦਾ, ਗਰੇਵਾਲ ਸਾਹਿਬ ਦੇ ਗਾਣੇ ਸੁਣਦਾ, ਅਤੇ ਸ਼ਹਿਰੀਬਾਨ ਬਹੁਤ ਮਿੱਠੀ ਆਵਾਜ਼ ਆ ਉਹਦੀ, ਅਤੇ ਬਸ ਮੈਂ ਮਤਲਬ ਇਹਨਾਂ ਮਤਲਬ ਉਹ ਜਿਹੇ ਜਿਹੇ ਸਾਡੀ ਆਪਣੀ ਚੋਇਸ ਆ, ਜਿਹੜੇ ਸਾਡੇ ਵਰਗੇ ਗਾਉਂਦੇ, ਅਮਰਿੰਦਰ ਉਹਨਾਂ ਦੇ ਬੜੇ ਅੱਛੇ ਗਾਣੇ ਹੁੰਦੇ ਸਾਰੀ। ਸਾਡੇ ਗਾਣਿਆਂ ਚ ਹੁੰਦਾ ਉਹ, ਮਤਲਬ ਇਹ ਗੱਲ ਹੈਗੀ ਆ ਕਿ ਜਿਵੇਂ ਹੁਣ ਜਿਹੇ ਜੀ ਸਾਡੀ ਆਪਣੀ ਚੋਇਸ ਆ, ਜੇ ਅਸੀਂ ਉਹ ਜਿਹੇ ਗਾਉਣੇ ਆ ਤਾਂ ਜਿਹੜੇ ਸਾਡੇ ਵਰਗੇ ਹੀ ਹੋਰ ਕਲਚਰਲ ਸਿੰਗਰ ਹੈਗੇ ਆ, ਸਾਨੂੰ ਸਾਰੇ ਚੰਗੇ ਲੱਗਦੇ। ਅੱਛਾ, ਪੰਜਾਬ 'ਚ ਤੁਹਾਨੂੰ ਕਿਹੜੀ ਸਭ ਤੋਂ ਤੁਹਾਡੀ ਫੇਵਰੇਟ ਥਾਂ ਹੈ ਜਿੱਥੇ ਜਾ ਕੇ ਤੁਹਾਨੂੰ ਸਭ ਤੋਂ ਵੱਧ ਸਕੂਨ ਮਿਲਦਾ? ਪੰਜਾਬ 'ਚ ਮੈਨੂੰ ਤਾਂ ਮੇਰਾ ਪਿੰਡ ਵਧੀਆ ਲੱਗਦਾ, ਪਿੰਡ ਦੋਦਾ। ਦੋਦਾ ਕੀ ਖਾਸੀਅਤ ਹੈ ਉੱਥੋਂ ਦੀ? ਪਤਾ ਨਹੀਂ ਕੀ ਆ, ਉਹੀ ਖੇਤ ਮੋਟਰਾਂ, ਜਦੋਂ ਕਿਉਂਕਿ ਮੈਂ ਸ਼ਹਿਰ 'ਚ ਰਹਿੰਦਾ ਅਤੇ ਉੱਥੇ ਜਦੋਂ ਵਧੀਆ, ਮੈਨੂੰ ਲੱਗਦਾ ਵੀ ਜਿੱਥੇ ਤੁਹਾਡਾ ਬਚਪਨ ਬੀਤਿਆ ਹੋਵੇ ਉਹ ਚੀਜ਼ ਹਮੇਸ਼ਾ ਤੁਹਾਨੂੰ ਅਟਰੈਕਟ ਕਰਦੀ ਆ ਕਿਤੇ ਵੀ ਬੈਠੇ ਹੋਵੋ ਤੁਸੀਂ। ਅਤੇ ਕੋਈ ਚੀਜ਼ਾਂ ਮਿਸ ਕਰਦੇ ਹੋ ਪਿੰਡ ਦੀਆਂ? ਸਭ ਕੁਛ ਕਰਦੇ ਆ, ਗੇੜਾ ਤਾਂ ਦੇ ਕੇ ਆਉਂਦਾ ਮੈਂ, ਸੱਥ 'ਚ ਵੀ ਬਹਿਣਾ ਹੈ ਜਦੋਂ ਜਾਈਦਾ, ਟਾਈਮ ਲਾਈਦਾ ਅਤੇ ਗੱਲਾਂ ਬਾਤਾਂ ਸੁਣ ਕੇ ਉੱਥੇ ਦਾ ਥੋੜ੍ਹਾ ਜਿਹਾ ਮਾਹੌਲ ਹੁੰਦਾ, ਖੁਸ਼ੀ ਜਿਹੀ ਮਿਲਦੀ ਆ ਜਾ ਕੇ ਆਪਣੇ ਬੰਦੇ ਹੁੰਦਾ ਨਾ ਜਦੋਂ, ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ, ਚੁਗਲੀਆਂ ਸੁਣ ਕੇ। ਸੱਥ 'ਚ ਤਾਂ ਮੈਂ ਕਹਿੰਦੀ ਮਤਲਬ ਕਿਹਾ ਜਾਂਦਾ ਕਿ ਵੱਡੇ ਵੱਡੇ ਜਰਨਲਿਸਟ ਵੀ ਫੇਲ ਕਰਦੇ ਨੇ ਸੱਥ 'ਚ, ਜਿਹੜੇ ਬਾਬੇ ਬੈਠੇ ਹੁੰਦੇ, ਬਾਬੇ ਬਾਸ, ਉਹਨਾਂ ਨੂੰ ਜਿੰਨੀ ਨੌਲੇਜ ਹੁੰਦੀ ਆ। ਜੀ ਜੀ ਜੀ, ਸਾਰੇ ਪਿੰਡ ਤੋਂ ਉਹਨਾਂ ਨੂੰ ਪਤਾ ਹੈ, ਸਹੀ ਨੌਲੇਜ ਆ ਉਹਨਾਂ ਕੋਲ, ਅੰਤਰਿਕਸ਼ ਤੱਕ ਦੀਆਂ ਗੱਲਾਂ ਵੀ ਉਹ ਕਰਦੇ ਨੇ ਤੇ ਬੜੇ ਟਕਾ ਮਤਲਬ ਕੱਲੀ ਕੱਲੇ ਤੱਥ ਦੇ ਨਾਲ। ਹਾਂ, ਪੁਰਾਣੇ ਸਮੇਂ ਦੀਆਂ ਗੱਲਾਂ ਸੁਣ ਲਈਆਂ ਹੁਣ ਤਾਂ ਤੁਹਾਨੂੰ ਸ਼ਹਿਰਾਂ 'ਚੋਂ ਨਹੀਂ ਮਿਲਣਗੀਆਂ ਕਿਤੋਂ, ਤਾਂ ਉਹ ਸੱਥਾਂ 'ਚੋਂ ਪਿਛਲਾ ਜੋ ਆਪਣਾ ਪਾਸਟ ਨਿਕਲ ਗਿਆ ਉਹ ਤੁਹਾਨੂੰ ਸੱਥਾਂ 'ਚੋਂ ਸੁਣਨ ਨੂੰ ਮਿਲੂਗਾ ਬਜ਼ੁਰਗਾਂ ਤੋਂ। ਮਤਲਬ ਉਹ ਵੈਸੇ ਵੀ ਉਹਨਾਂ ਦੀਆਂ ਨਾ ਖੁਆਇਸ਼ਾਂ ਵੀ ਮਤਲਬ ਉਹ ਗੱਲ ਕਰਕੇ ਵੀ ਸਿਰ ਹੀ ਲਾ ਦਿੰਦੇ ਗੱਲ। ਪਿੱਛੇ ਜੇ ਸਾਡੇ ਨਾ ਇੱਕ ਕੋਈ ਬੰਦਾ, ਉਹ ਹੈ ਥੋੜ੍ਹਾ ਅਮਲੀ ਟਾਈਪ ਹੀ ਆ, ਬਾਬਾ ਚੱਕਣ ਵਾਲਾ ਸਮਾਨ, ਉਹ ਦਿਹਾੜੀ 'ਤੇ ਸੀਗਾ ਪਿੰਡ ਸਾਡੇ ਨਾ, ਅਤੇ ਉਹ ਦਿਹਾੜੀ ਕਰ ਰਿਹਾ ਅਤੇ ਉਹਨਾਂ ਬੈਠਾ ਚਾਹ ਪੀ ਜਾਵੇ, ਜਿਵੇਂ ਬੈਠੇ ਨਾ ਗੋਡਿਆਂ ਭਰਨੇ ਕਿੱਦਾਂ ਇੱਦਾਂ, ਅਤੇ ਉੱਤੋਂ ਇੱਕ ਹੈਲੀਕਾਪਟਰ ਲੰਘ ਗਿਆ ਇੱਦਾਂ, ਮੈਂ ਕੁਦਰਤੀ ਉਹਦੇ ਨੇੜੇ ਹੀ ਬੈਠਾ ਸੀ, ਮੈਂ ਉਹਨੂੰ ਦੇਖੀ ਆ, ਉਹਨੂੰ ਜਿਵੇਂ ਉਹ ਡਿਸਟਰਬ ਕਰ ਰਿਹਾ, ਉਹਨੂੰ ਚਾਹ ਪੀਣ ਦੇ ਨਾ, ਉਹ ਗੋਡਿਆਂ ਭਾਰ ਬੈਠ ਕੇ ਚਾਹ ਪੀ ਰਿਹਾ, ਉਹ ਪਹਿਲਾਂ ਹੈਲੀਕਾਪਟਰ ਆਏ ਲੰਘ ਗਏ, ਉਹਨੇ ਪੂਰਾ ਦੇਖਿਆ ਉੱਧਰ ਨੂੰ, ਉੱਧਰ ਚਲਿਆ ਗਿਆ, ਉਹਨੇ ਫਿਰ ਚਾਹ ਪੀਣੀ ਸ਼ੁਰੂ ਕਰਤੀ, ਉਹ ਕਿਤੇ ਗੇੜਾ ਜਿਹਾ ਦੇ ਕੇ ਹੈਲੀਕਾਪਟਰ ਫਿਰ ਫਿਰ ਮੁੜਿਆ, ਹੈ ਨਾ, ਫਿਰ ਇੱਧਰ ਨੂੰ ਲੰਘ ਗਿਆ, ਉਹਨੇ ਉੱਧਰੋਂ ਲੈ ਕੇ ਪੂਰਾ ਇੱਧਰ ਨੂੰ ਫਿਰ ਫਿਰ ਦਿਖਾਇਆ, ਜਦੋਂ ਦੂਜੀ ਜਦੋਂ ਤੀਜੀ ਵਾਰੀ ਉਹ ਆਇਆ ਨਾ,
ਉਹ ਚਾਹ ਪੀਂਦਾ ਪੀਂਦਾ ਉਹਦੇ ਹੱਲ ਦੇਖ ਕੇ ਕਹਿੰਦਾ ਓਏ ਕੀ ਡੰਡ ਦਿਖਾਉਣਾ, ਕਦੇ ਤੈਨੂੰ ਵੀ ਖਰੀਦਾਂਗੇ। ਬੰਦੇ ਦੀ ਸੋਚ ਦੇਖ, ਡਿਸਟਰਬ ਕਰਿਆ ਕਹਿੰਦਾ ਕਹਿੰਦਾ ਕੀ ਡੰਡ ਦਿਖਾਉਣਾ, ਕਹਿੰਦਾ ਤੈਨੂੰ ਵੀ ਖਰੀਦ ਲਾਂਗੇ ਕੋਈ ਨੀ। ਅੱਛਾ ਉਹ ਦੇਖ ਕੇ ਬੰਦਾ ਉਹਨੂੰ ਵੀ ਤੂੰ ਪੰਦਰਾਂ ਕਿਤੋਂ ਹੈਲੀਕਾਪਟਰ ਲੈ ਲੇਗਾ, ਕਿਉਂਕਿ ਬੜੀ ਆ ਵੀ ਸੋਚ ਆ ਉਹਦੀ ਵੀ ਸੁਭਾਅ ਹੁੰਦਾ ਪਿੰਡ ਵਾਲਿਆਂ ਦਾ। ਉਹਨਾਂ ਨੇ ਮਤਲਬ ਐਨ ਤਾਂ ਵਾਲੀ ਮਾਰਨੀ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ, ਸੋਚ ਵੀ ਨਹੀਂ ਸਕਦੇ। ਸਾਡੇ ਪਿੰਡ ਦਾ ਵੀ ਇੱਕ ਕਰੈਕਟਰ ਹੈ, ਸਵੇਰੇ ਕੁੜਤਾ ਪਜਾਮਾ ਪਾ ਕੇ ਸਾਡੀ ਥਾਈ ਘਰ ਦੇ ਮੂਹਰੇ ਜੀ ਉੱਥੇ, ਮੈਂ ਕਿਹਾ ਵੀ ਤੂੰ ਕੀ ਕਰਦਾ ਹੁੰਦਾ, ਵੀ ਕਿੱਥੇ ਚੱਲਿਆ ਤੂੰ? ਕਹਿੰਦਾ ਹਜੇ ਤੱਕ ਤਾਂ ਪਤਾ ਨਹੀਂ ਉਡੀਕ ਰਿਹਾ, ਜਿਹੜਾ ਵੀ ਆ ਗਿਆ ਉਹਦੇ ਨਾਲ ਨਹੀਂ ਤਾਂ ਲੋਕਾਂ ਕੋਲ ਮਰਨ ਦਾ ਵਿਹਲ ਨਹੀਂ ਹੈ। ਉਹ ਕਹਿੰਦਾ ਵੀ ਮੈਂ ਤਾਂ ਤਿਆਰ ਹਾਂ, ਵੀ ਜਿਹੜਾ ਲੈ ਗਿਆ ਬਸ ਆਪਾਂ ਤਾਂ ਵਿਹਲ ਨਹੀਂ ਆ। ਸ਼ਹਿਰਾਂ ਚ ਤਾਂ ਉਹੀ ਹੈ ਨਾ, ਸ਼ਹਿਰਾਂ ਚ ਤਾਂ ਗੁਆਂਢੀ ਨੂੰ ਗੁਆਂਢੀ ਦਾ ਨੀ ਪਤਾ ਕੀ ਹਾਲ ਰਹਿ ਕੌਣ ਰਿਹਾ, ਤੇ ਪਿੰਡਾਂ ਚ ਇੱਕ ਦੂਜੇ ਦਾ ਹਾਲ ਪੁੱਛਣ ਜਾਂਦੇ ਨੇ ਇਕੱਲੇ ਇਕੱਲੇ ਜੀ। ਤੁਸੀਂ ਸਕੂਟਰ ਪਿੰਡ ਚ ਦੀ ਆਇਆ ਨੀ, ਸਾਰਾ ਨਕਸ਼ਾ ਦੱਸ ਦਿੰਦੇ ਆ, ਸਾਰਾ ਕਰਕੇ ਸਰਚ। ਅੱਛਾ ਇਹ ਫਲਾਣੇ ਦਾ ਯਾਰ, ਇਹ ਦੇਖਿਆ ਤਾਂ ਹੈ ਨੀ, ਕਦੇ ਨਵਾਂ ਹੀ ਆ, ਫਲਾਣੇ ਦੇ ਜਾਊ। ਫਿਰ ਜਿੰਨਾ ਚਿਰ ਉਹਨਾਂ ਨੂੰ ਪਤਾ ਨੀ ਲੱਗਦਾ ਫਿਰ ਉਹਨਾਂ ਚਿਰ ਸੁਣਦੇ ਨੀ। ਪੂਰੀ ਸਰਚ ਕਰਕੇ ਉਸ ਵਿਸ਼ੇ ਤੇ ਫਿਰ ਜਾ ਕੇ ਕਿਹੜਾ ਬੰਦਾ ਕਿੰਨਾ ਦੇ ਘਰੇ ਆਇਆ, ਕਦੋਂ ਤੱਕ ਰਹੂਗਾ, ਕਿੱਦੇ ਜਾਊਗਾ, ਕੀ ਕੰਮ ਤੇ ਆਇਆ, ਕੱਲੀ ਕੱਲੀ ਭਣਕ ਰਹਿੰਦੀ ਆ। ਹੁਣ ਖੈ ਗੁੱਸਾ ਵੀ ਕਰ ਜਾਂਦੇ ਨੇ ਸਾਥਾਂ ਵਾਲੇ, ਕਹਿੰਦੇ ਸੀਸੀਟੀਵੀ ਕੈਮਰੇ ਕਹਿੰਦੇ ਨੇ ਉਹਨਾਂ ਨੂੰ ਅੱਜ ਕੱਲ੍ਹ। ਮੈਂ ਜਾਣੀ ਹੋ ਕੇ ਪਹਿਲਾਂ ਮੈਂ ਜੇ ਕੁਝ ਪਤਾ ਲੱਗਿਆ ਕਿੱਧਰ ਦੀ ਕੌਣ ਗਿਆ ਤਾਂ ਉਹਨਾਂ ਤੋਂ ਪਤਾ ਲੱਗਦਾ। ਪਹਿਲਾਂ ਮੈਂ ਸੀਸੀਟੀਵੀ ਹੀ ਕਹਿਣ ਲੱਗੀ ਸੀ, ਮੈਂ ਕਿਹਾ ਨਹੀਂ ਜਰਨਲਿਸਟ ਥੋੜ੍ਹਾ ਸਲੀਕੇ ਜਿਹੇ ਵਾਲਾ ਲੱਗਦਾ ਸ਼ਬਦ। ਕੀ ਬਾਤ ਹੈ, ਹੁਣ ਇਹ ਤਾਂ ਹੋ ਗਈਆਂ ਗੱਲਾਂ ਬਾਤਾਂ, ਆਪਾਂ ਹੁਣ ਵੱਧਦੇ ਹਾਂ ਅਗਲੇ ਰਾਊਂਡ ਵੱਲ। ਇਹ ਆ ਜੈਕਪੋਟ ਰਾਊਂਡ। ਓਕੇ, ਆਹੋ ਇਹਦੇ 'ਚ ਚਾਰੇ ਦੇ ਚਾਰੇ ਸਵਾਲ ਸਕਰੀਨ 'ਤੇ ਹੋਣਗੇ ਅਤੇ ਹਰ ਸਹੀ ਜਵਾਬ 'ਤੇ ਤੁਹਾਨੂੰ 20 ਪੁਆਇੰਟਸ ਮਿਲਣਗੇ। ਸਿੱਧਾ ਗੇਮ ਪਲਟ ਸਕਦੀ ਹੈ ਇਸ ਰਾਊਂਡ ਤੋਂ ਬਾਅਦ, ਠੀਕ ਹੈ ਜੀ? ਹਾਂ, ਤਿਆਰ ਤਿਉਰ ਹੋ ਜਾਓ, ਪੂਰੇ ਐਕਟਿਵ ਹੋ ਜਾਓ, ਗਾਣੇ ਗੁਣੇ ਰੌਣ ਦਿੱਤੇ, ਤਿਆਰੀ 'ਚ ਖੜਾ ਵੀ ਆਪਾਂ ਜਵਾਬ ਕਿਤੇ ਪਹਿਲਾਂ ਇੱਧਰੋਂ ਪਹਿਲੀ ਵੱਜ ਜੇ ਬਸ ਤੁਸੀਂ ਫੁੱਤੀ ਮਾਰ ਲਿਓ। ਹਾਂਜੀ ਹਾਂਜੀ, ਆਪਾਂ ਹਾਰ ਨਹੀਂ ਨਾ ਮੰਨਣੀ। ਪਹਿਲਾ ਸਵਾਲ, ਇਹਦੇ 'ਚ ਤੁਹਾਨੂੰ ਇੱਕ ਆਡੀਓ ਸੁਣਾਈ ਜਾਊਗੀ ਜੀ, ਤੇ ਉਹ ਆਡੀਓ ਤੁਸੀਂ ਪਛਾਣਨੀ ਆ ਕਿ ਕਿਸ ਇਨਸਾਨ ਦੀ ਆਡੀਓ ਹੈ, ਕਿਸ ਇਨਸਾਨ ਦੀ ਆਵਾਜ਼ ਹੈ। ਓਕੇ ਓਕੇ, ਤੇ ਉਹ ਦੱਸਣ ਲਈ ਵੀ ਤੁਹਾਨੂੰ 15 ਸੈਕਿੰਡ ਦਾ ਟਾਈਮ ਮਿਲੂਗਾ, ਤੇ ਵੀ ਉਵੇਂ ਹੈ ਜਿਹੜਾ ਪਹਿਲਾਂ ਬਜ਼ਰ ਦੱਬੂਗਾ ਪਹਿਲਾਂ ਜਵਾਬ ਵੀ ਉਹੀ ਦਊਗਾ, ਦੂਸਰਾ ਮੌਕਾ ਇਹਦੇ 'ਚ ਨਹੀਂ ਦਿੱਤਾ ਜਾਊਗਾ। ਅੱਛਾ, ਠੀਕ ਹੈ ਜੀ? ਤੇ ਹੁਣ ਰਹੀ ਤੁਹਾਡੀ ਆਡੀਓ। ਮੈਂ ਸਭ ਤੋਂ ਵੱਧ ਜਿਹੜੇ ਕਿਸੇ ਨੂੰ ਨਹੀਂ ਸ਼ਾਇਦ ਪਤਾ, ਮੈਂ ਸਭ ਤੋਂ ਵੱਧ ਪੈਸਾ ਜਿਹੜਾ ਕੌਂਸਰਟ 'ਤੇ ਖਰਚ ਕਰਦਾ, ਉਨੇ ਅਸੀਂ ਕਈ ਵਾਰੀ ਕਮਾਉਂਦੇ ਨਹੀਂ ਜਿੰਨੇ ਅਸੀਂ ਲਾ ਦਿੰਦੇ ਹਾਂ। ਜਿੰਨੀਆਂ ਵੱਡੀਆਂ ਸਟੇਜ ਅਸੀਂ ਡਿਜ਼ਾਇਨ ਕਰਦੇ ਹਾਂ, ਜਿੰਨੇ ਵੱਡੇ ਅਸੀਂ ਉੱਤੇ ਪੈਸਾ ਖਰਚ ਹੁੰਦਾ, ਉਹ ਕਈ ਵਾਰੀ ਮੇਰੀ ਜਿਹੜੀ ਫੀਸ ਆ ਉਦੋਂ ਵੀ ਵੱਧ ਚਲੇ ਜਾਂਦਾ। ਉਹ ਮੇਰੇ ਸਿਰਫ ਸੁਪਨੇ ਪੂਰੇ ਕਰਨ ਲਈ ਕਰਦਾ ਮੈਂ, ਕਿਉਂਕਿ ਮਰ ਮੁਰ ਤਾਂ ਜਾਣਾ ਇੱਥੇ ਸਾਰਿਆਂ ਨੇ, ਆਪਦਾ ਸਵਾਹ ਸਬੂਤ ਤਾਂ ਲੈ ਲਓ। ਜਵਾਬ ਦੇਣਾ ਚਾਹੋਗੇ? ਹਾਂਜੀ, ਦਿਲਜੀਤ। ਬਿਲਕੁਲ ਸਹੀ ਜਵਾਬ, ਬਿਲਕੁਲ ਸਹੀ ਜਵਾਬ। ਤਾਂ ਲੱਗ ਗਿਆ ਸੀ ਪਤਾ, ਕਦੋਂ ਤੱਕ ਪਤਾ ਲੱਗਿਆ ਕਿ ਹਾਂ ਉਹਨਾਂ ਦੀ ਆਵਾਜ਼ ਹੈ? ਨਹੀਂ, ਮੈਨੂੰ ਕਾਫੀ 90% ਇੱਕ ਥੋੜਾ ਇੱਥੇ ਉਹ ਗੂੰਜ ਜੀ ਰਹੀ ਹੈ ਆਵਾਜ਼, ਉਹਦੇ ਕਰਕੇ ਥੋੜਾ ਆਵਾਜ਼ ਨਹੀਂ ਸਾਫ ਸੁਣਾਈ ਦਿੰਦੀ। ਸ਼ਾਇਦ ਹੋਰ ਪਹਿਲਾਂ ਪਤਾ ਲੱਗਦਾ। 20 ਪੁਆਇੰਟਸ ਲੈ ਗਏ ਤੁਸੀਂ, ਮੈਂ ਬੜਾ ਫਰਕ ਹੁਣ ਅੱਗੇ ਆਵਾਜ਼ ਹੋਰ ਆਊਗੀ ਕਿਸੇ ਦੀ? ਅੱਗੇ ਤਿੰਨ ਅਲੱਗ ਅਲੱਗ ਨੇ, ਅੱਗੇ ਵੀ ਹੈ, ਅੱਗੇ ਵੀ ਹੈ। ਓਕੇ, ਹਾਂਜੀ, ਹੁਣ ਇਹਦੇ 'ਚ ਵੀ ਤੁਹਾਨੂੰ ਇੱਕ ਆਡੀਓ ਸੁਣਾਈ ਜਾਊਗੀ ਅਤੇ ਤੁਸੀਂ ਉਹ ਸੌਂਗ ਗੈਸ ਕਰਨਾ ਕਿ ਕਿਹੜਾ ਸੌਂਗ ਹੈ। ਤੁਹਾਡੀ ਆਡੀਓ ਹੈ, ਸਿੰਗਰ ਦਾ ਨਾਮ ਦੱਸਣਾ ਕਿ? ਹਾਂਜੀ, ਸਿੰਗਰ ਤੇ ਗਾਣਾ, ਗਾਣਾ ਵੀ, ਗਾਣਾ ਦੱਸਣਾ। ਤੂੰ ਪਤਾ ਲੱਗ ਗਿਆ ਵੈਸੇ ਤਾਂ ਬੰਦਾ ਕੌਣ ਆ? ਲੱਗ ਗਿਆ ਬੰਦੇ ਦਾ ਤਾਂ ਪਤਾ ਲੱਗ ਰਿਹਾ, ਗਾਣੇ ਦਾ ਨਾਮ ਨਹੀਂ ਪਤਾ ਲੱਗ ਰਿਹਾ। ਮੈਨੂੰ ਤਾਂ ਬੰਦੇ ਦਾ ਵੀ ਨਹੀਂ ਲੱਗਿਆ ਸੀ, ਬੰਦੇ ਹੀ ਦੱਸ ਦੇ ਯਾਰ। ਬੰਦਾ ਤਾਂ ਬੀ ਭਰਾਤ ਆ, ਬੀ ਭਰਾ ਕੇ ਉਹ ਬੰਦਾ ਤਾਂ ਬਜ਼ਰ ਦੱਬ ਕੇ ਨਹੀਂ, ਬੰਦਾ ਤਾਂ ਬੰਦਾ, ਪਰ ਗਾਣਾ ਨਹੀਂ ਨਾ ਪਤਾ। ਗਾਣਾ ਲਿਰਿਕਸ ਕੁਝ ਮਾਣੇ ਮੋਟੇ ਵੀ ਯਾਦ ਕਰ ਸਕਦੇ ਹੋ, ਕੁਛ ਵੀ ਹਿੰਟ ਆ ਰਿਹਾ ਕਿਹੜਾ ਵਾ ਅੱਗੇ, ਕਈ ਗਾਣਿਆਂ 'ਚ ਐਂ ਜੇ ਕੀਤਾ। ਵੈਲਿਡ ਪੁਆਇੰਟ ਹੈ, ਵੈਲਿਡ ਪੁਆਇੰਟ। ਹੁਣ ਹੈ ਤੀਸਰਾ ਸਵਾਲ, ਇਹਦੇ 'ਚ ਤੁਹਾਨੂੰ ਸਕਰੀਨ 'ਤੇ ਇੱਕ ਮੂਵੀ ਦਾ ਨਾਮ ਦਿਖਾਇਆ ਜਾਊਗਾ ਉਲਟ ਪੁਲਟ ਕਰਕੇ, ਅਤੇ ਤੁਸੀਂ ਉਹ ਸਹੀ ਮੂਵੀ ਦੱਸਣੀ ਹੈ ਕਿ ਕਿਹੜੀ ਮੂਵੀ ਹੈ, ਅਤੇ ਉਹਦੇ ਲਈ ਵੀ ਤੁਹਾਨੂੰ 15 ਸੈਕਿੰਡ ਦਾ ਟਾਈਮ ਮਿਲੂਗਾ। ਹਾਂਜੀ, ਅਤੇ ਉਹ ਮੂਵੀ ਹੈ
ਬਜ਼ਰ ਦੱਬਣਾ ਪੈਣਾ ਜਵਾਬ ਦੇਣ ਲਈ। ਉਹ ਯਾਰ ਸਮਝ ਆਊਗੀ ਤਾਂ ਹੀ ਦੱਬਾਂਗੇ ਬਜ਼ਰ ਤਾਂ। ਅੜਪ ਮੁਟਿਆਰ। ਬਿਲਕੁਲ ਸਹੀ ਜਵਾਬ, ਬਿਲਕੁਲ ਸਹੀ ਜਵਾਬ। ਬਟ ਤੁਸੀਂ ਬਜ਼ਰ ਨਹੀਂ ਦੱਬਿਆ। ਸਹੀ ਜਵਾਬ, ਵੈਰੀ ਗੁੱਡ, ਲੈ ਗਏ 20 ਪੁਆਇੰਟਸ। ਬਿਲਕੁਲ ਸਹੀ ਜਵਾਬ, ਬਿਲਕੁਲ ਸਹੀ ਜਵਾਬ। ਹੁਣ ਲੈ ਗਏ ਸਿੱਧਾ ਬੈਕ ਟੂ 40 ਨੰਬਰ, 40 ਨੰਬਰ ਲੇਟ ਆਇਆ ਥੋੜਾ ਜਿਹਾ। ਨਹੀਂ ਬਟ ਉਹ ਹੀ ਹੈ, ਉਹ ਬਜ਼ਰ ਤਾਂ ਆਪਣਾ ਭੁੱਲ ਗਿਆ, ਜੋੜ ਤੋੜ ਲਾਉਣ ਲੱਗ ਗਏ ਵੀ ਰਾਣਾ ਅੱਗੇ ਆਊਗਾ, ਇਹ ਅੱਗੇ ਆਊਗੀ ਕਿ ਆਰ ਅੱਗੇ ਆਊਗੀ। ਬਟਵਾ ਜੀ ਮੰਨ ਗਏ। ਆ ਬਟਨ ਫਿਰ ਪਹਿਲਾਂ ਦੱਬਿਆ, ਕੋਈ ਨਹੀਂ ਬਾਅਦ ਦੱਬਿਆ, ਪਹਿਲਾਂ ਦੱਬਿਆ ਉਹਦੇ ਤੇ। ਬਟ ਕੋਈ ਨਾ, ਫਿਰ ਵੀ ਤੁਸੀਂ ਆ ਸਹੀ ਜਵਾਬ ਦੇਗੇ, ਸਹੀ ਜਵਾਬ ਦੇਗੇ ਤੁਸੀਂ। ਤੇ ਪੁਆਇੰਟਸ ਦੱਸਣ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਇੱਕ ਛੋਟਾ ਜਿਹਾ ਸਵਾਲ ਹੈ, ਠੀਕ ਹੈ, ਇੱਥੇ ਤਾਂ ਤੁਸੀਂ ਇੱਕ ਦੂਸਰੇ ਦੇ ਖਿਲਾਫ ਲੜ ਹੀ ਰਹੇ ਹੋ, ਪਰ ਇੱਕ ਨਿੱਜੀ ਸਵਾਲ ਹੈ ਮੇਰਾ ਤੁਹਾਡੇ ਦੋਹਾਂ ਤੋਂ। ਤੁਸੀਂ ਇੱਕ ਦੂਜੇ ਦਾ ਡੈਬਿਊ ਸੌਂਗ ਦੱਸਣਾ, ਇਹਨਾਂ ਦਾ ਪਹਿਲਾ ਸੌਂਗ ਕਿਹੜਾ ਸੀ ਅਤੇ ਇਹਨਾਂ ਦਾ ਪਹਿਲਾ ਸੌਂਗ ਕਿਹੜਾ ਸੀਗਾ। ਤੇ ਤੋ ਜੁਦਾ ਕਰਨ ਲਈ ਮਾਪਿਆਂ ਨੇ ਵੇ ਮੈਂ ਪੜਨ ਨਾਨਕੀਰਾ, ਸ਼ਾਇਦ ਕੈਸਟ ਇਹ ਚੱਲੀ ਸੀ, ਕੈਸਟ ਇਹ ਸੀ ਮੇਰੇ ਹਿਸਾਬ ਨਾਲ, ਉਹੀ ਸੀ ਆਪਣਾ ਤੇਰੀ ਅੱਖ ਦਾ ਕੈਂਟ ਨਿਸ਼ਾਨ। ਹਾਂ ਮੇਰਾ ਇਹ ਗਾਣੇ ਮਤਲਬ ਬਣ ਜੂ ਕਿ ਮਰ ਜੂ ਪੁੱਤ ਬਗਾਨਾ ਨੀ 302 ਬਣ ਜੂ, ਕੀ ਬਾਤ ਹੈ, ਤੇਰੀ ਅੱਖ ਦਾ ਕੈਂਟ ਨਿਸ਼ਾਨ। ਤੇ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਰਿਜ਼ਲਟ ਅਨਾਉਂਸ ਕਰਾਂ, ਪਰ ਉਹ ਤੋਂ ਪਹਿਲਾਂ ਤੁਹਾਨੂੰ ਮੇਰੇ ਕੋਲ ਆਉਣਾ ਪਏਗਾ ਇੱਥੇ। ਲਓ ਜੀ, ਇਹ ਹੈ ਮੇਰੇ ਕੋਲ ਸਾਡੇ ਵਿਨਰ ਲਈ ਸਪੈਸ਼ਲ ਹੈਂਪਰ ਅਤੇ ਪਿਟਾਰਾ ਦੀ ਟਰੋਫੀ। ਅਤੇ ਦਿਲਾਂ ਦੀਆਂ ਧੜਕਣਾਂ ਥਾਮ ਕੇ ਰੱਖੋ, ਹੁਣ ਮੈਂ ਅਨਾਊਂਸ ਕਰਨ ਲੱਗੀ ਹਾਂ ਸਾਡੇ ਅੱਜ ਦੇ ਵਿਨਰ ਹਰਜੀਤ ਹਰਮਨ ਜੀ, ਤੁਹਾਡੇ ਨੇ 60 ਪੁਆਇੰਟਸ ਅਤੇ ਸਾਡੇ ਅੱਜ ਦੇ ਵਿਨਰ ਨੇ ਰਵਿੰਦਰ ਗਰੇਵਾਲ ਜੀ ਵਿਦ 80 ਪੁਆਇੰਟਸ। ਲੱਗਿਆ ਖੇਡ ਕੇ, ਗੇਮ ਖੇਡ ਕੇ ਜਿੱਤ ਕੇ? ਨਹੀਂ ਚਲੋ, ਜਿੱਤਣ ਵਾਲੀ ਤਾਂ ਖੈਰ ਕੋਈ ਐਸੀ ਗੱਲ ਨਹੀਂ, ਮੈਂ ਤਾਂ ਮੈਂ ਉਹੀ ਕਹਿਣਾ ਕਿ ਇਹ ਤਾਂ ਇਕੱਠੀ ਹੋਈ ਆ, ਹਰਮਨ ਤੋਂ ਤਾਂ ਮੈਂ ਕਦੇ ਜਿੱਤਣਾ ਹੀ ਨਹੀਂ ਚਾਹੁੰਦਾ ਮੈਂ। ਇਹ ਗੱਲ ਮੇਰੇ ਮਤਲਬ ਅਤੇ ਚਲੋ ਇਹ ਸਾਰਿਆਂ ਦਾ ਫਨ ਹੋ ਗਿਆ ਹੈ ਨਾ, ਔਰ ਮੈਨੂੰ ਲੱਗਦਾ ਸਾਰਿਆਂ ਨੂੰ ਚੰਗਾ ਲੱਗੂਗਾ, ਬੜਾ ਵਧੀਆ ਲੱਗਿਆ ਔਰ ਬੜੀਆਂ ਚੰਗੀਆਂ ਗੱਲਾਂ ਹੋਈਆਂ। ਪਰ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਵਧੀਆ ਲੱਗਿਆ ਵੀ ਆਲੂ ਦਾ ਪਤਾ ਲੱਗਿਆ ਵੀ ਕਿੱਥੇ ਆਲੂ ਮਾਰਿਆ, ਮੈਂ ਵੀ ਮਾਰਿਆ, ਮੈਂ ਵੀ ਤੁੱਕਈ ਸੀ, ਮੈਂ ਕਿਹਾ ਜਿਹੜੀ ਚੀਜ਼ ਬਈ ਕਿਤੇ ਵੀ ਪਈ ਹਰੀ ਹੋ ਸਕਦੀ ਆ। ਹੁਣ ਆਪਾਂ ਖੇਤੀਬਾੜੀ ਕਰਦੇ ਰਹੇ ਹਾਂ ਪਹਿਲਾਂ ਵੀ ਆਲੂ ਦਾ ਪਤਾ ਨਹੀਂ ਨਾ ਹੁੰਦਾ, ਕਿਤੇ ਵੀ ਉਹਦੇ ਪੱਤੇ ਜਿਹੇ ਨਿਕਲ ਆਉਂਦੇ ਆ ਜਾਂਦਾ, ਤਾਂ ਮੈਂ ਕਿਹਾ ਇਹੀ ਢੀਠ ਜਿਹੀ ਚੀਜ਼ ਹੈ ਜਿਹੜੀ ਪੈ ਵੀ ਹਰੇਕ ਸਬਜ਼ੀ 'ਚ ਜਾਂਦੀ ਆ, ਵੀ ਆਲੂ ਹੀ ਹੋ ਸਕਦਾ ਉੱਤੇ ਜਾ ਕੇ ਉੱਗ ਜੇ, ਹੋਰ ਤਾਂ ਬਾਕੀ ਚੀਜ਼ਾਂ ਫੇਰ ਵੀ ਥੋੜ੍ਹੀਆਂ ਹੀ ਆ ਨਾ। ਮੈਂ ਸਮਝ ਗਿਆ ਵੀ ਖੇਤੀ ਹੁੰਦੀ ਆ ਕਿਤੇ ਉੱਪਰ, ਢੀਠ ਸਬਜ਼ੀਆਂ 'ਚੋਂ ਬਹੁਤ ਚੰਗਾ ਲੱਗਿਆ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ।